ਬਚੰਤਕੌਰ ਦੀ ਪੁਸਤਕ ਪੈੜਾਂ ਤੇ ਝਰੋਖੇ ਦਾ ਅਗਲਾ ਅੰਗ ਹੈ ਕੁੱਤੇ ਬਿੱਲੀਆਂ ਤੇ ਮੀਮਾ ਅਗਲੀ ਸਵੇਰ ਨਾ ਜਾਣੇ ਕਿਉਂ ਸੁਬ੍ਹਾ ਸਵੇਰੇ ਤੜਕੇ ਉੱਠਨਸਾਰ ਆਪਣਾ ਮੂੰਹ ਕੰਬਲ ਚ ਛੁਪਾਈ ਰੱਜ ਕੇ ਰੋਈ ਫਿਰ ਬਾਥਰੂਮ ਚ ਚੁੱਪ ਕੇ ਪੈਰਿੰ ਚਲੀ ਗਈ ਰਾਤ ਵਾਲਾ ਸੀਨ ਮੇਰੀਆਂ ਅੱਖਾਂ 'ਗਿਓਂ ਓਲੇ ਨਹੀਂ ਸੀ ਹੋ ਰਿਆ ਅੰਤ ਆਪਣੇ ਆਪ ਤੋਂ ਛੁਟਕਾਰਾ ਪਾਉਣ ਲਈ ਮੈਂ ਆਪਣੇ ਭਤੀਜੇ ਨੂੰ ਅੱਖਾਂ ਨੀਵੀਆਂ ਕਰਦਿਆਂ ਗਿਆ ਗੁਰਦੇਵ ਕੰਮ ਤੇ ਜਾਣ ਸਮੇਂ ਮੈਨੂੰ ਜ਼ਰਾ ਸੁਰਿੰਦਰ ਹੋਰਾਂ ਦੇ ਘਰ ਅਨਸ਼ੀਨ ਛੱਡ ਜਾਵੀਂ ਅਸੀਂ ਦੋਵਾਂ ਨੇ ਦਿਨ ਚ ਡਾਊਨ ਟਾਊਨ ਜਾਣਾ ਹੈ ਸੁਰਿੰਦਰ ਵੀ ਉੱਥੇ ਯੂਐਸਏ ਮੇਰੀ ਚੰਗੀ ਸਹੇਲੀ ਸੀ ਜੋ ਮੇਰੀ ਸ਼ਹਿਰ ਪਟਿਆਲੇ ਦੀ ਜੰਪਾਲ ਸੀ ਤੇ ਇੱਥੇ ਲਾਸ ਐਂਜਲਸ ਵਿੱਚ ਕਈ ਵਰਿਆਂ ਤੋਂ ਰਹਿ ਰਹੀ ਸੀ ਇਹਦੀ ਮੇਰੀ ਪਹਿਲੀ ਮੁਲਾਕਾਤ ਪਟਿਆਲੇ ਹੋਈ ਸੀ ਤੇ 1985 ਜਨਵਰੀ ਚ ਅਮਰੀਕਾ ਤੋਂ ਭਾਰਤ ਪਟਿਆਲੇ ਆਪਣੇ ਪਿੱਕੇ ਸ਼ਹਿਰ ਕੁਝ ਹਫ਼ਤਿਆਂ ਲਈ ਆਈ ਸੀ ਜਦੋਂ ਅਚਾਨਕ ਇੱਕ ਫੰਕਸ਼ਨ 'ਚ ਸਾਡੀ ਇੱਕ ਸਰਸਰੀ ਜੀ ਮੁਲਾਕਾਤ ਹੋਈ ਸੀ ਪਰ ਹੁਣ ਜਿਸ ਦਿਨ ਮੈਂ ਲਾਸ ਏਂਜਲਸ ਆਈ ਸੀ ਹਰ ਤੀਜੇ ਚੌਥੇ ਦਿਨ ਅਸੀਂ ਜ਼ਰੂਰ ਮਿਲਦੀਆਂ ਤੇ ਕਾਰ ਲੈ ਕੇ ਐਵੇਂ ਕਿਧਰ ਨੇ ਕਿਧਰੇ ਘੁੰਮਣ ਨਿਕਲ ਜਾਂਦੀਆਂ ਗੁਰਦੇਵ ਮੈਨੂੰ ਸੁਰਿੰਦਰ ਦੇ ਘਰ ਛੱਡ ਆਪਣੇ ਕੰਮ ਤੇ ਚਲਾ ਗਿਆ ਮੈਂ ਤੇ ਸੁਰਿੰਦਰ ਨੇ ਮਾਰਕੀਟ ਜਾਣ ਦਾ ਪ੍ਰੋਗਰਾਮ ਬਣਾ ਲਿਆ ਉਹਦੇ ਤਿੰਨੇ ਬੱਚੇ ਸਕੂਲ ਜਾ ਚੁੱਕੇ ਸੀ ਤੇ ਉਹਦਾ પતિ ਆਪਣੇ ਦਫ਼ਤਰ ਕੌਣ ਚੁੱਕਿਆ ਸੀ ਕਿੱਥੇ ਚਲੀ ਕਿਸ ਮਾਰਕੀਟ ਸੁਰਿੰਦਰ ਨੇ ਮੈਨੂੰ ਪੁੱਛਿਆ ਇਹ ਤਾਂ ਤੁਸੀਂ ਜਾਣੋ ਮੈਨੂੰ ਤਾਂ ਇੱਥੋਂ ਦੀਆਂ ਮਾਰਕੀਟਾਂ ਬਾਰੇ ਕੋਈ ਪਤਾ ਨਹੀਂ ਅੱਜ ਮੈਂ ਜੇ ਸਨੇਚਰਾਰ ਹੁੰਦਾ ਤਾਂ ਆਪਾਂ ਸਵਾਮੀਠੀ ਚੱਲਦੇ ਤੇ ਤੁਸੀਂ ਸ਼ਾਪਿੰਗ ਵੀ ਕਰ ਲੈਂਦੇ ਨਾਲੇ ਕੁਝ ਨਵਾਂ ਦੇਖਦੇ ਪਰ ਅੱਜ ਸਵਾਮੀਠ ਸਾਡੇ ਦਿੱਲੀ ਚ ਲੱਗਦੇ ਸ਼ੁਕਰ ਸਨੇਚਰ ਮੰਗਲਵਾਰ ਦਾਤ ਬਾਜ਼ਾਰਾਂ ਵਰਗਾ ਇੱਕ ਚੱਕਵਾ ਬਾਜ਼ਾਰ ਹੁੰਦਾ ਜੋ ਸਿਰਫ ਸਨੇਚਰਵਾਰ ਨੂੰ ਹੀ ਇੱਥੇ ਲੱਗਦਾ ਅੱਜ ਜਿਹੜੀ ਵੀ ਮਾਰਕੀਟ ਖੁੱਲੀ ਹੈ ਉੱਥੇ ਹੀ ਚੱਲਦੇ ਆਂ ਜੇ ਮਹਿੰਗੀ ਹੋਈ ਤਾਂ ਖਰੀਦੂ ਫਰੋਖਤ ਨਾ ਕਰਾਂਗੇ ਘੁਮ ਘੁਮਾ ਕੇ ਮੋੜਾਵਾਂਗੇ ਤੇ ਬੱਚਿਆਂ ਦੇ ਸਕੂਲੋਂ ਮੁੜਨ ਤੱਕ ਨਾਲੇ ਆਉਂਦੇ ਹੋਏ ਉਹਨਾਂ ਨੂੰ ਵੀ ਪਿਕਅਪ ਕਰ ਲਾਂਗੇ ਸੁਰਿੰਦਰ ਹਰ ਪੱਖੋਂ ਸੋਜਵਾਨ ਸੀ ਤੇ ਸੁਨਖੀ ਵੀ ਰੱਜ ਗਏ ਓਕੇ ਸੁਰਿੰਦਰ ਨੇ ਆਪਣੀ ਕਾਰ ਸੋਜੂ ਨੂੰ ਗিয়ার ਚ ਪਾਇਆ ਤੇ ਮਿੰਟਾਂ ਵਿੱਚ ਪਿੱਛੋਂ ਅਸੀਂ ਟਾਊਨ ਡਾਊਨ ਪਹੁੰਚ ਗਏ ਲਾਸ ਐਂਜਲਸ ਵਿੱਚਲੀ ਟਾਊਨ ਡਾਊਨ ਵਾਲੀ ਮਾਰਕੀਟ ਮੈਨੂੰ ਬਿਲਕੁਲ ਨਿਊਯਾਰਕ ਦੀ ਲਿੰਕਨ ਸਟਰੀਟ ਵਰਗੀ ਲੱਗ ਰਹੀ ਸੀ ਉਸੇ ਤਰ੍ਹਾਂ ਸੀ 80 100-100 ਮੰਜ਼ਲੀਆਂ ਸ਼ੀਸ਼ੇ ਦੀਆਂ ਬੜੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਉਸੇ ਤਰ੍ਹਾਂ ਨਿਊ ਯਾਰਕ ਵਾਂਗ ਸੜਕ ਦੇ ਕਿਨਾਰੇਾਂ ਤੇ ਪਿਆ ਕੂੜਾ ਕਰਕਟ ਭੀੜ-ਭੜੱਕਾ ਵੀ ਉਵੇਂ ਹੀ ਸੀ ਸਭ ਤੋਂ ਚੰਬੇ ਵਾਲੀ ਗੱਲ ਇਹ ਕਿ ਇੱਥੇ ਵੀ ਸੜਕਾਂ ਉੱਤੇ ਫਿਰਦੇ ਮੰਗਤੇ ਨਜ਼ਰ ਆ ਰਹੇ ਸੀ ਜਿਨ੍ਹਾਂ 'ਚ ਕੁਝ ਚੰਗੇ ਸੂਟੇਡ ਬੂਟੇਡ ਵੀ ਸੀ ਤੇ ਕੁਝ ਗਰੀਬੜੇ ਕਮਲੇ ਜਿਹੇ ਵੀ ਇੰਉਂ ਲੱਗਦਾ ਸੀ ਜਿਵੇਂ ਉਹਨਾਂ ਨੇ ਕੋਈ ਨਸ਼ਾ ਕਰ ਰੱਖਿਆ ਹੋਵੇ ਕਈ ਮਿਊਜ਼ਿਕ ਜਿਆ ਬਜਾ ਕੇ ਡੈਮ ਕੁਆਰਟ ਦਸੇ ਪੰਜੀ ਜਾਂ ਚੁਆਨੀ ਮੰਗ ਰਹੇ ਸੀ ਕਈ ਸਿੱਧੇ ਤੌਰ ਉੱਤੇ ਹੀ ਆਪਣੇ ਭਾਰਤ ਵਿੱਚ ਆਉਂਦੇ ਜਾਂਦੇ ਅੱਗੇ ਹੱਥ ਹੱਡ ਅੱਡ ਮੰਗਦੇ ਸੀ ਇਹ ਕੀ ਇੱਥੇ ਅਮਰੀਕਾ 'ਚ ਵੀ ਮੰਗਤੇ ਹਾਂ ਇਹ ਉਹ ਲੋਕ ਹੈ ਜਿਨ੍ਹਾਂ ਨੂੰ ਗਵਰਨਮੈਂਟ ਬੈਠੇ ਬਿਠਾਈ ਖਾਣ ਪੀਣ ਨੂੰ ਦਿੰਦੀ ਹੈ ਤੇਰੇ ਮੰਗਦੇ ਕਿਉਂ ਹੈ ਜੇ پیسے ਪੂਰੇ ਨਹੀਂ ਹੁੰਦੇ ਤਾਂ ਕੋਈ ਕੰਮ ਕਿਉਂ ਨਹੀਂ ਕਰਦੇ ਕੰਮ ਇਹ ਕਾਨੂੰਨੀ ਤੌਰ ਤੇ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਜੋ ਖਾਣ ਨੂੰ ਦਿੰਦੀ ਹੈ ਕੀ ਕਾਨੂੰਨ ਇਹਨਾਂ ਨੂੰ ਭੀਖ ਮੰਗਣ ਦੀ ਇਜਾਜ਼ਤ ਦਿੰਦਾ ਨਹੀਂ ਬਿਲਕੁਲ ਨਹੀਂ ਹੁਣੇ ਪੁਲਿਸ ਇਹਨਾਂ ਨੂੰ ਫੜ ਕੇ ਲਿਜਾ ਸਕਦੀ ਹੈ ਜੇ ਕਿਤੇ ਪੁਲਿਸ ਦੀ ਨਜ਼ਰ ਪੈ ਜਾਵੇ। ਇਹ ਗੱਲਾਂ ਕਰਦੀਆਂ ਕਰਦੀਆਂ ਸੀ ਡਾਊਨਟਾਊਨ ਦੀ ਇੱਕ 5-6 ਮੰਜ਼ਿਲ ਉੱਚੀ ਕਾਫੀ ਲੰਬੀ ਚੌੜੀ ਇੱਕ ਮਾਰਕੀਟ 'ਚ ਆ ਪਹੁੰਚੀਆਂ ਜਿਹਦੀਆਂ 2-3 ਐਕਸੀਲੇਟਰਾਂ ਵਾਲੀਆਂ ਸੇੜੀਆਂ ਬਦਲਦੇ ਹੋਏ ਅਸੀਂ ਚੌਥੀ ਮੰਜ਼ਿਲ ਤੇ ਆ ਕੇ ਇੱਕ ਵੱਡੇ ਸ਼ੋਅਰੂਮ 'ਚੋਂ ਆਪਣੇ ਆਪਣੇ ਪਸੰਦੀ ਕੋਈ ਚੀਜ਼ ਲੱਭਣ ਲੱਗੀ। ਇਹ ਹੀ ਕਪੜਾ ਖਡਾਉਣੇ, ਕਾਸਮੈਟਿਕ ਤੇ ਕੁਝ ਕਿਤਾਬਾਂ ਜਿਨ੍ਹਾਂ ਦੀ ਮੈਨੂੰ ਭਾਰਤ ਤੋਂ ਤੁਰੰਤ ਸਮੇਂ ਤੋਂ ਭਾਲ ਸੀ ਜਿਵੇਂ वेद व्यास रचित महाभारत दा अंग्रेजी अनुवाद जो प्रोफेसर जे ए बी वेन ब्यूनन ने कीता सी ए प्रोफेसर शिकागो यूनिवर्सिटी दे संस्कृत दा बहुत बड़ा विद्वान सी ते महाभारत दा पूरा वॉल्यूम शिकागो यूनिवर्सिटी तो ही छपया सी इत्थे ही गीता आद और बहुत सारे धार्मिक ग्रंथां दे अंग्रेजी अनुवाद भी छपे सन मेनू ए अनुवाद अपने किसी मित्र ਲਈ चाहिदा सी पर इस मार्केट दे ਚੌਥੇ ਫਲੋਰ ਤੋਂ ਸਾਨੂੰ ਕੁਝ ਵੀ ਆਪਣੇ ਮਤਲਬ ਦਾ ਨਾਂ ਲੱਭਿਆ। ਸੋ ਅਸੀਂ ਸਾਹਮਣੇ ਵਾਲੀ ਲਿਫਟ ਰਾਈਂ ਹੋਰ ਉੱਪਰਲੀ ਮੰਜ਼ਲ ਤੇ ਚਲੀਆਂ ਗਈਆਂ। 6ਵੀਂ ਮੰਜ਼ਲ ਉਤਲੀਆਂ ਦੁਕਾਨਾਂ ਘੁੰਮਦਿਆਂ ਘੁੰਮਦਿਆਂ ਮੇਰੀ ਨਿਗਾਹ ਇੱਕ ਭੇਡ ਜਿਹੀ ਤੇ ਪਈ। ਇੱਥੇ ਕਿਸੇ ਚੀਜ਼ ਦੀ ਸੇਲ ਲੱਗੀ ਹੋਈ ਹੈ ਕੀ? ਸ਼ਾਇਦ ਕ੍ਰਿਸਮਸ ਆ ਰਹੀ ਹੈ ਨਾ। ਹੁਣ ਸੇਲ ਲੱਗੇਗੀ, ਸੁਰਿੰਦਰ ਨੇ ਮੈਨੂੰ ਦੱਸਿਆ। ਸੋ ਅਸੀਂ ਵੀ ਉਸ ਭੇਡ 'ਚ ਸ਼ਾਮਲ ਹੋਈਆਂ। ਅੱਗੇ ਜਾ ਕੇ ਵੇਖਿਆ ਇੱਕ ਸ਼ੋ ਵਿੰਡੋ 'ਚ ਕਈ ਤਰ੍ਹਾਂ ਦੇ ਨਿੱਕੇ ਵੱਡੇ ਰੰਗ-ਬਰੰਗੇ ਚਿੱਟੇ ਭੂਰੇ ਚੂਵੇ ਖਰਗੋਸ਼ ਤੇ ਕਈ ਹੋਰ ਛੋਟੇ ਛੋਟੇ ਜਾਨਵਰ ਜਿਵੇਂ ਸੱਪ ਗਿਰਲੀਆਂ ਡੱਡੂ ਆਦ ਜਾਨਵਰ ਸਜਾ ਕੇ ਸ਼ੋ ਵਿੰਡੋ ਚ ਰੱਖੇ ਸੀ ਜ਼ਰਾ ਕਸੀ ਹੋਰ ਅੱਗੇ ਨੂੰ ਵਧੀਆਂ ਤਾਂ ਅਗਲੀ ਸ਼ੋ ਵਿੰਡੋ ਚ ਕਿੰਨੀਆਂ ਛੋਟੀਆਂ ਵੱਡੀਆਂ ਬਿੱਲੀਆਂ ਸੀ ਕੋਈ ਪੂਰੇ ਰੰਗ ਦੀ ਕੋਈ ਕਾਲੇ ਰੰਗ ਦੀ ਕੋਈ ਦੱਬ ਖੜੱਬੀ ਇਹ ਕੀ ਮੈਂ ਸਭ ਵੇਖ ਕੇ ਬੜੇ ਚੰਬੇ ਜੇ ਚ ਪੈ ਗਈ ਵੱਡੀ ਗੱਲ ਇਹ ਕਿ ਇਹਨਾਂ ਚੂਹੇ ਬਿੱਲੀਆਂ ਤੇ ਖਰਗੋਸ਼ਾਂ ਆਦ ਨੂੰ ਖਰੀਦਣ ਲਈ ਕਾਲੀਆਂ ਗੋਰੀਆਂ ਮੈਕਸੀਕਨ ਆਹੋਂ ਟੁੱਟ ਟੁੱਟ ਕੇ ਪੈ ਰੀਆਂ ਸੀ ਜਿਵੇਂ ਸਾਡੇ ਭਾਰ ਵਿੱਚ ਤੀਵੀਆਂ ਸੋਨੇ چاندی ਦੇ ਗਹਿਣਿਆਂ ਲਈ ਲਲਚਾਈਆਂ ਹੋਈਆਂ ਹੁੰਦੀਆਂ ਨਵੀਂ ਗੱਲ ਇਹ ਕਿ ਇਹ ਜਾਨਵਰ ਵੀ ਉਹ ਜਿਨ੍ਹਾਂ ਨੂੰ ਅਸੀਂ ਭਾਰਤੀ ਲੋਕ ਆਪਣੇ ਘਰਾਂ 'ਚ ਰੱਖਣਾ ਬੁਰਾ ਸਮਝਦੇ ਆ ਤੇ ਕਿਸੇ ਹੱਦ ਤੱਕ ਘਿਰਨਾ ਵੀ ਕਰਦੇ ਆ ਪਰ ਅਮਰੀਕਨ ਤੀਵੀਆਂ ਇਹਨਾਂ ਨੂੰ ਆਪਣੇ ਰੇਸ਼ਮੀ ਬਿਸਤਰਿਆਂ 'ਚ ਸੁਵਾਉਂਦੀਆਂ ਇਹਨਾਂ ਲਈ ਭਾਂਤ ਭਾਂ ਦੇ ਵਧੀਆ ਤੋਂ ਵਧੀਆ ਭੋਜਨ ਖਰੀਦਦੀਆਂ ਬਿੱਲੀਆਂ ਲਈ ਨਵੇਂ-ਨਵੇਂ ਫੈਸ਼ਨ ਦੇ ਆਰਾਮਦਾਇਕ ਕੱਪੜੇ ਬਣਵਾਉਂਦੀਆਂ ਇਸੇ ਤਰ੍ਹਾਂ ਇੱਥੋਂ ਦੇ ਲੋਕਾਂ ਨੂੰ ਨਵੀਂ-ਨਵੀਂ ਕਿਸਮ ਦੇ ਕੁੱਤੇ ਰੱਖਣ ਦਾ ਵੀ ਬੇਹੱਦ ਸ਼ੌਕ ਹੈ। ਇਹ ਕੁੱਤੇ ਆਮ ਕਰਕੇ ਵੱਢਦੇ ਨਹੀਂ ਪਰ ਆਪਣੇ-ਆਪਣੇ ਘਰ ਦੀ ਲੋੜ ਮੁਤਾਬਕ ਇਹਨਾਂ ਨੂੰ ਕੁੱਤਿਆਂ ਲਈ ਬਣੇ ਸਕੂਲਾਂ ਵਿੱਚ ਸਿਖਲਾਈ ਲਈ ਭੇਜਿਆ ਜਾਂਦਾ ਹੈ ਜਿੱਥੇ ਹਰ ਇੱਕ ਕੁੱਤਾ ਆਪਣੇ-ਆਪਣੇ ਮਾਲਕ ਦੀ ਲੋੜ ਅਨੁਸਾਰ ਟ੍ਰੇਨਿੰਗ ਲੈਂਦਾ ਹੈ। ਇਹਨਾਂ 'ਚ ਬਹੁਤੇ ਕੁੱਤੇ ਗਾਰਡ ਬਣਦੇ ਹਨ ਜੋ ਸੁੰਨੇ ਘਰਾਂ ਦੀ ਰਾਖੀ ਲਈ ਪਾਲੇ ਜਾਂਦੇ ਆ। ਇਹ ਕੁੱਤੇ ਦਿਨ-ਰਾਤ ਆਪਣੀ ਜਾਨ ਤੇ ਖੇਡ ਕੇ ਵੀ ਮਾਲਕ ਦੇ ਘਰ ਦੀ ਰਾਖੀ ਕਰਦੇ ਆ। ਇਸੇ ਤਰ੍ਹਾਂ ਹੋਰ ਕਈ ਕੰਮਾਂ ਲਈ ਵੀ ਇੱਥੇ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਸ਼ਿਕਾਰ ਲਈ ਜਾਂ ਪੁਲਿਸ ਮੈਕਮੇ ਦੀ ਭਰਤੀ ਆਦਿ ਲਈ ਕੁੱਤੇ ਪਾਲੇ ਜਾਂਦੇ ਆ। ਬਿੱਲੀਆਂ ਨੂੰ ਵੀ ਘਰ ਦੇ ਆਪਣੀ ਖੁਸ਼ੀ ਦਾ ਸਾਧਨ ਸਮਝ ਕੇ ਪਾਲਦੇ ਆ। ਉਹਨਾਂ ਲਈ ਨਾ ਸਿਰਫ ਨਿੱਤ ਨਵੇਂ ਖਾਣੇ ਖਰੀਦਦੇ ਆ ਸਗੋਂ ਉਹਨਾਂ ਲਈ ਬੰਦਿਆਂ ਵਾਂਗ ਅਤਰਫ ਲੇ ਫੁਲੇਲਾ ਵੀ ਵਰਤਦੇ ਆ ਜਿੱਥੇ ਸਾਡੇ ਭਾਰਤ ਤੋਂ ਵਿੱਚ ਬਿੱਲੀ ਨੂੰ ਮੰਨਹੂਸ ਸਮਝਿਆ ਜਾਂਦਾ ਹੈ ਉੱਥੇ ਅਮਰੀਕਾ 'ਚ ਬਿੱਲੀ ਘਰਾਂ 'ਚ ਰੱਖਣੀ ਚੰਗੀ ਸਮਝੀ ਜਾਂਦੀ ਹੈ ਸੁਰਿੰਦਰ ਮੈਨੂੰ ਇਹ ਸਭ ਦੱਸਦੇ ਹੀ ਗਈ ਕਿਉਂਕਿ ਉਹਨੇ ਵੀ ਆਪਣੇ ਘਰ 'ਚ ਦੋ ਕੁੱਤੇ ਪਾਲ ਰੱਖੇ ਸਨ ਤੇ ਇੱਕ ਸੋਨ ਚਿੜੀ ਜਈ ਜਿਹਨੂੰ ਉਹਦਾ ਪਤੀ ਘਰ ਵੱੜਦੀ ਆਪਣੇ ਖੱਬੇ ਮੋਢੇ ਤੇ ਬਿਠਾ ਲੈਂਦਾ ਸੀ ਮਨੂੰ ਚੰਗੀ ਤਰ੍ਹਾਂ ਯਾਦ ਹੈ ਵਿਚਾਰੀ ਚਿੜੀ ਜੋ ਨਾ ਤੋਤਾ ਹੀ ਲੱਗਦੀ ਸੀ ਨਾ ਘੁੱਗੀ ਆਪਣੇ ਸਾਥੀ ਨੂੰ ਲੱਭਦੀ ਲੱਭਦੀ ਸਵੇਰ ਤੋਂ ਸੰਜਾਂ ਤੱਕ सुरेंद्र ਦੇ ਘਰ ਦੇ ਲਿਵਿੰਗ ਰੂਮ 'ਚ ਸ਼ੀਸ਼ੇ ਦੀ ਬਣੀ ਕੰਧ ਤੇ ਚੁੰਝ ਧਰ ਕੇ یوں ਬੈਠ ਜਾਂਦੀ ਜਿਵੇਂ ਆਪਣੇ ਸਾਥੀ ਦੀ ਚੁੰਝ ਉੱਤੇ ਆਪਣੀ ਚੁੰਝ ਧਰੀ ਬੈਠੀ ਹੋਵੇ ਵਿਚਾਰੀ ਸੋਹਣ ਚਿੜੀ ਖੈਡ ਡਾਊਨਟਾਊਨ ਦੀ ਸੱਤ ਮੰਜ਼ਲੀ ਮਾਰਕੀਟ 'ਚ ਮੈਂ ਸਿਰਫ ਇੱਕੋ ਕਿਤਾਬ ਖਰੀਦੀ ਸੀ ਬਿਜ਼ਨਸ ਰਾਈਟਿੰਗ ਤੇ सुरेंद्र ਨੇ ਐਡੀਦਾਸ ਦੇ ਸਪੋਰਟ ਸ਼ੂਜ਼ ਆਪਣੇ ਬੇਟੇ ਲਈ ਲਏ ਇਸ ਮਾਰਕੀਟ ਤੋਂ ਨਿਕਲਦੇ ਮੈਨੂੰ ਬਿੱਲੀ ਕੁੱਤਿਆਂ ਵਾਲੀ ਗੱਲ ਤਾਂ ਸਮਝ ਆ ਗਈ ਪਰ ਇਹ ਚੂਹੇ ਡੱਡੂ ਸੱਪ ਕਿੱਲੀਆਂ ਕਾਦੇ ਲਈ ਬਸ ਇਹਨਾਂ ਦੇ ਅਜੀਬੋ ਗਰੀਬ ਸ਼ੌਕ ਖੈਰ ਬੱਚਿਆਂ ਨੂੰ ਸਕੂਲੋਂ ਪਿਕਅਪ ਕਰਕੇ ਅਸੀਂ ਛੇਤੀ ਘਰ ਮੁੜ ਆਈਆਂ ਕਿਉਂਕਿ ਮੈਂ ਦੂਜੀ ਸਵੇਰ ਯੂਬਾ ਸਿਟੀ ਜਾਣ ਦੀ ਤਿਆਰੀ ਕਰਨੀ ਸੀ ਜਿੱਥੋਂ ਮੈਨੂੰ ਕੁਝ ਸਾਹਿਤਕਾਰ ਵੀਰਾਂ ਨੇ ਸਮੇਤ ਟਿਕਟ ਸੱਦਾ ਪੱਤਰ ਭੇਜਿਆ ਸੀ ਅਗਲਾ ਅੰਗ ਹੈ ਯੂਬਾ ਸਿਟੀ ਸੈਕਰਮੈਂਟੋ ਹਵਾਈਅਰ ਡੂਟੇ ਜਦੋਂ ਸਾਡਾ ਛੋਟਾ ਜਿਹਾ 100 ਕੁ ਸੀਟਾਂ ਵਾਲਾ ਜਹਾਜ਼ ਉਤਰਿਆ ਤਾਂ ਸਾਰਿਆਂ ਨੇ ਜ਼ੋਰ-ਜ਼ੋਰ ਦੀ ਤਾੜੀਆਂ ਵਜਾਈਆਂ ਸੈਕਰਮੈਂਟੋ ਸ਼ਹਿਰ ਕੈਲੀਫੋਰਨੀਆ ਦੀ ਰਾਜਧਾਨੀ ਹੈ ਜਿਉਂ ਹੀ ਮੈਂ ਸਾਰੇ ਅੰਗਰੇਜ਼ ਯਾਤਰੀਆਂ ਵਿੱਚੋਂ ਇੱਕੋ ਇੱਕ ਹਰੀ ਸਾੜੀ ਵਾਲੀ ਪੈਸੇਂਜਰ ਬਾਹਰ ਆਈ ਇੱਕ ਬੰਕੇ ਨੌਜਵਾਨ ਨੇ ਦੋਵੇਂ ਹੱਥ ਜੋੜਦਿਆਂ ਮੇਰਾ ਛੋਟਾ ਜਿਹਾ ਅਟੈਚੀ ਮੇਰੇ ਹੱਥੋਂ ਫੜ ਲਿਆ ਤੇ ਅੰਤਾਂ ਦੀ ਖੁਸ਼ੀ ਉਹਦੇਆਂ ਨੈਣਾਂ 'ਚ ਡੁੱਲਣ ਲੱਗੀ ਸੂਸਾਹਿਬ ਹਾਂਜੀ ਮੈਂ ਤਾਂ ਤੁਹਾਨੂੰ ਦੂਰੋਂ ਹੀ ਪਛਾਣ ਲਿਆ ਸੀ ਪਰ ਮੈਨੂੰ ਕੁਝ ਪਲ ਲੱਗੇ ਮੈਂ ਤਾਂ ਤੁਹਾਡੀ ਤਸਵੀਰ ਆਪਣੇ ਤੋਂ ਵੱਡੀ ਉਮਰ ਦੇ ਜਸਪਾਲ ਸੂਸ ਦੀ ਉਲੀਕ ਰੱਖੀ ਸੀ ਤੇ ਮੈਂ ਆਪਣੀ ਉਮਰ ਤੋਂ ਛੋਟੀ ਬਚਨਤ कौर ਦੀ ਪੁਸਤਕ ਕਿਯਾਰੀ ਲੋਂਗਾ ਦੀ ਉਤਲੀ ਤਸਵੀਰ ਚ ਮੈਂ ਜੋ ਦੇਖੀ ਸੀ ਆਹਾ ਅਸੀਂ ਦੋਵੇਂ ਜ਼ੋਰ-ਜ਼ੋਰ ਦੀ ਅਜੀ ਹਾਸੀ ਰਹੀ ਸੀ ਕਿ ਪਿੱਛੇ-ਪਿੱਛੇ ਦੂਜਾ ਹੈਂਡਬੈਗ ਹੱਥ 'ਚ ਫੜੀ ਮੇਰੇ ਪਤੀ ਦੇ ਵੀ ਜਹਾਜ਼ ਤੋਂ ਬਾਹਰ ਆ ਗਏ ਉਹਨਾਂ ਨੂੰ ਪਛਾਣਨ 'ਚ ਤਾਂ ਕੋਈ ਔਖ ਵੈਸੀ ਨਹੀਂ ਸੀ ਕੁੱਲ ਦੋ ਸਰਦਾਰ ਸਨ ਸਾਰੀਆਂ ਯਾਤਰੀਆਂ 'ਚ ਆਪਣੇ ਪਤੀ ਦੀ ਪੱਗ ਦਾ ਬਿਸਕੁਟੀ ਰੰਗ ਮੈਂ ਪਹਿਲਾਂ ਹੀ ਟੈਲੀਫੋਨ ਤੇ ਜਸਪਾਲ ਨੂੰ ਦੱਸ ਚੁੱਕੀ ਸੀ ਦੂਜੇ ਸਰਦਾਰ ਜੀ ਨੇ ਕੇਸਰੀ ਰੰਗ ਦੀ ਪੱਗ ਬੰਨੀ ਹੋਈ ਸੀ ਜਿ ਤੋਂ ਦੂਜੇ ਦੋਹਾਂ ਨੂੰ ਪਤਾ ਲੱਗ ਗਿਆ ਸੀ ਕਿ ਜ਼ਰੂਰ ਗੋਬਾ ਸਿਟੀ ਦੇ ਦੁਆਰੇ ਦੇ ਵਿੱਚੋਂ ਨਿਕਲਣ ਵਾਲੇ ਸਾਲਾਨਾ ਜਲੂਸ 'ਚ ਹਿੱਸਾ ਲੈਣ ਲਈ ਇੱਥੇ ਆਇਆ ਹੋਵੇਗਾ ਜੋ ਸ੍ਰੀ ਗੁਰੂਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਮਨਾਉਣ ਲਈ ਕੱਢਿਆ ਜਾ ਰਿਹਾ ਸੀ ਜਸਪਾਲ ਮੈਨੂੰ ਉਮਰੋਂ ਮਸਾਂ 25 ਜਾਂ 26 ਵਰਿਆਂ ਦਾ ਹੀ ਲੱਗਦਾ ਸੀ ਪਰ ਸੂਝ ਸਮਝ ਬੜੀ ਵੱਡੀ ਉਮਰ ਦਾ ਸਾਹਿਤ ਰਚਨਾ ਕਰਨ ਦੇ ਨਾਲ ਨਾਲੇ ਇਥੋਂ ਯੂਬਾ ਸਿਟੀ ਤੋਂ ਪੰਜਾਬੀ ਦਾ ਇੱਕ ਪ੍ਰਮੁੱਖ ਪਰਚਾ ਸਾਹਿਤਿਕ ਕਿਰਨਾ ਵੀ ਕੱਢਦਾ ਸੀ ਇਸ ਪਰਚੇ ਕਰਕੇ ਅਸੀਂ ਇੱਕ ਦੂਜੇ ਤੋਂ ਜਾਣੂ ਹੋਏ ਸੀ ਉੰਜ ਤਾਂ ਸਹਿਤਕਾਰਾਂ ਦੇ ਹੋਰ ਤੇ ਹੋਰ ਆਰਟਿਸਟਾਂ ਆਦ ਨਾਲ ਮੇਰੇ ਪਤੀ ਨੂੰ ਕੋਈ ਦਿਲਚਸਪੀ ਨਹੀਂ ਪਰ ਯੂਬਾ ਸਿਟੀ ਦੀ ਸੈਰ ਲਈ ਉਹ ਆਪਣੀ ਖੁਸ਼ੀ ਨਾਲੇ ਲਾਸ ਏਂਜਲਸ ਤੋਂ ਮੇਰੇ ਨਾਲ ਛੱਲੇ ਸਨ ਕਾਰ ਚ ਬੈਠਦੀ ਐ ਜਸਵਾਲ ਨੇ ਮੇਰੇ ਨਾਲ ਬਹੁਤੀ ਗੱਲਬਾਤ ਕਰਨ ਦੀ ਬਜਾਈ ਮੇਰੇ ਪਤੀ ਦਾ ਮਨ ਮੋਲਿਆ ਦਿੱਲੀ ਚ ਆਪਣਾ ਹੀ ਕਰੋ ਕਾਰੋਬਾਰ ਸਰਦਾਰ ਜੀ ਬਿਜ਼ਨਸ ਇੱਥੇ ਤਾਂ ਦਿਮਾਗ ਚ ਬਿਜ਼ਨਸ ਦਾ ਫਿਕਰ ਨਾਲ ਨਹੀਂ ਨਾ ਲੈ ਕੇ ਆਏ ਉਹ ਵੇਖੋ ਸੱਜੇ ਹੱਥ ਸਾਰੇ ਧੁਰ ਤੱਕ ਬਦਾਮਾਂ ਦੇ ਵੱਡੇ ਵੱਡੇ ਕੋ 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 ਲੰਬੇ ਬਾਗ ਹਨ ਇਧਰ ਖੱਬੇ ਪਾਸੇ ਅਖਰੋਟਾਂ ਦੇ ਬਾਗ ਨੇ ਇਹ ਜੋ ਤੁਸੀਂ ਇੱਕੋ ਜਿਹੇ ਛਾਂਗੇ ਹੋਏ ਦਰਖਤ ਦੇਖ ਰਹੇ ਹੋ ਨਾ ਆੜੂਆਂ ਦੇ ਆ ਤੇ ਨਾਲ ਹੀ ਜੋ ਉੱਚੇ ਉੱਚੇ ਦਰਖਤ ਹੈ ਪਲੂਨ ਹਨ ਪਲੂਨ ਕੀ ਮੈਂ ਪੁੱਛਿਆ ਆਪਣੇ ਪਾਸੇ ਜਿਵੇਂ ਛੁਆਰੇ ਨਹੀਂ ਹੁੰਦੇ ਉਸੇ ਤਰ੍ਹਾਂ ਦਾ ਫਰੂਟ ਲੱਗਦਾ ਹੈ ਇਹਨਾਂ ਦਰਖਤਾਂ ਨੂੰ ਜੋ ਬਹੁਤ ਸਸਤਾ ਹੁੰਦਾ ਹੈ ਹੁਣ ਇਹ ਸਾਰੇ ਬਾਗ ਝਾੜ ਦੇ ਚੁੱਕੇ ਹਨ ਤਿੰਨ ਮਹੀਨੇ ਇੱਥੇ ਯੂਬਾ ਸਿਟੀ 'ਚ ਵਸਦੇ ਆਪਣੇ ਇੰਡੀਅਨ ਲੋਕਾਂ ਲਈ ਸਮਝ ਲਓ ਕੋਈ ਕੰਮ ਨਹੀਂ ਹੁੰਦਾ ਉੰਜ ਬੁੜੀਆਂ ਤਾਂ ਜਿੰਨੀਆਂ ਵੀ ਆਪਣੇ ਪੰਜਾਬ ਦੇ ਪਿੰਡਾਂ 'ਚੋਂ ਆਈਆਂ ਇੱਥੇ ਬਾਗਾਂ 'ਚ ਝਾੜ ਇਕੱਠਾ ਕਰਨ ਦਾ ਹੀ ਕੰਮ ਕਰਦੀਆਂ ਇਸ ਕੰਮ 'ਚ ਪੜ੍ਹਾਈ ਲਿਖਾਈ ਦੀ ਕੋਈ ਬਹੁਤੀ ਲੋੜ ਨਹੀਂ ਨਹੀਂ ਅੰਗਰੇਜ਼ੀ ਬੋਲਣ ਲਈ ਇਹਨਾਂ ਨੂੰ ਕੋਈ ਪਰੇਸ਼ਾਨੀ ਚੱਲਣੀ ਪੈਂਦੀ ਹੈ ਬਸ ਯੈਸ ਨੋ ਜਾਂ ਫਿਰ 3 4 ਨਾਲ ਹੀ ਕੰਮ ਚੱਲ ਜਾਂਦਾ ਹੈ ਕਿਉਂਕਿ ਜਦੋਂ ਇਹਨਾਂ ਸਾਰੇ ਬਾਗਾਂ ਵਿੱਚੋਂ ਮਸ਼ੀਨਾਂ ਨਾਲ ਫਰੂਟ ਲਾ ਲੈ ਜਾਂਦੇ ਆ ਤੇ ਟਾਵਾ ਟਾਵਾ ਫਲ ਜੋ ਮਸ਼ੀਨ ਦੀ ਪਕੜ ਤੋਂ ਬਚ ਕੇ ਡਿੱਗ ਜਾਂਦਾ ਹੈ ਬਸ ਉਸੇ ਨੂੰ ਜ਼ਮੀਨ ਤੋਂ ਚੁਗਣ ਲਈ ਔਰ ਤਾਂ ਕੰਮ ਕਰਦੀ ਹੈ ਇੱਥੇ ਗਰਮੀ ਵੀ ਪੈਂਦੀ ਹੈ ਅਸੀਂ ਤਾਂ ਦਿੱਲੀੋਂ ਤੁਰਨ ਵੇਲੇ ਡਰਦੇ ਸੀ ਵੀ ਨਵੰਬਰ ਦਸੰਬਰ ਦੇ ਕਿਸ ਠੰਡੇ ਮੌਸਮ ਵਿੱਚ ਅਮਰੀਕਾ ਚੱਲੀਏ ਠੰਡ ਨਾਲ ਵਿంటర్ ਜਾਗੇ ਮੇਰੇ ਪਤੀ ਦੇਵ ਨੇ ਜਸਪਾਲ ਤੋਂ ਪੁੱਛਿਆ ਨਹੀਂ ਨਹੀਂ ਜੀ ਠੰਡ ਤਾਂ ਇੱਥੇ ਵੱਧ ਤੋਂ ਵੱਧ ਸਵੈਟਰ ਪੈਣਣ ਜੋਗੀ ਹੁੰਦੀ ਹੈ ਗਰਮ ਸੂੜ ਤਾਂ ਕਦੇ ਕਦਾਈਂ ਸ਼ੌਕ ਨਾਲ ਹੀ ਪਾਈਦਾ ਇੱਥੇ ਤਾਂ ਮੌਸਮ ਗਰਮ ਹੀ ਰਹਿੰਦਾ ਹੈ ਜਸਪਾਲ ਦੀ ਬੋਲੀ ਤੋਂ ਮੈਨੂੰ ਉਹ ਸ਼ਹਿਰਪੁਰ ਦੇ ਇਲਾਕੇ ਦਾ ਲੱਗਦਾ ਸੀ ਘਰ ਪਹੁੰਚਦੇ ਆ ਜਸਪਾਲ ਦੇ ਪੂਰੇ ਪਰਿਵਾਰ ਨੇ ਸਾਨੂੰ ਦੋਹਾਂ ਨੂੰ ਖਿੜੇ ਮੱਥੇ ਜੀ ਆਇਆਂ ਆ ਕਿਹਾ ਸਾਡੇ ਧਨ ਭਾਗ ਬੀਬੀ ਧੀਏ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਸਾਡੇ ਘਰ ਠਹਿਰੋਗੇ ਲੈਕਾ ਨੂੰ ਆਪਣੇ ਘਰ ਸੱਦਣ ਲਈ ਸਾਰੇ ਆਪਣਾ ਮਾਨ ਸਮਝਦੇ ਐ ਤੁਹਾਡਾ ਪਤਾ ਚੱਲਦਿਆ ਜਸਪਾਲ ਨੇ ਮਨ 'ਚ ਪੱਕੀ ਕਰ ਲਈ ਸੀ ਕਿ ਬਚਿੰਤ ਜੀ ਨੂੰ ਯੁਵਾ ਸਿਟੀ ਜ਼ਰੂਰ ਦਿਖਾਉਣਾ ਹੈ ਨਾਲੇ ਆਪਣੇ ਝੌਂਪੜੇ ਵਿੱਚ ਉਤਾਰਾ ਕਰਾਂਗੇ ਜਸਪਾਲ ਦੇ ਪਿਤਾ ਜੀ ਜਿਵੇਂ ਖੁਸ਼ੀ 'ਚ ਫੁੱਲੇ ਨਹੀਂ ਸੀ ਸਮਾਰੇ ਇਸ ਮਹਿਲ ਨੂੰ ਤੁਸੀਂ ਝੌਂਪੜਾ ਕਹਿੰਦੇ ਹੋ ਸਾਡੇ ਦਿੱਲੀ 'ਚ ਤਾਂ ਇਹੋ ਜਿਹੇ ਸੋਹਣੇ ਘਰ ਵੱਡੇ-ਵੱਡੇ ਅਮੀਰਾਂ ਦੇ ਹੀ ਹੁੰਦੇ ਐ ਇਹ ਮੇਰੇ ਪਤੀ ਦੇਵ ਦੇ ਬੋਲ ਸਨ ਐਨੇ 'ਚ ਸਾਡੇ ਸਾਹਮਣੇ ਚਾਹ ਤੇ ਚਾਹ ਦੇ ਨਾਲ ਕਿੰਨਾ ਹੀ ਕੁਝ ਖਾਣ ਲਈ ਰੱਖ ਦਿੱਤਾ ਗਿਆ ਹੈ ਬਰਫੀ ਗੁਲਾਬ ਜਾਮਨ ਲੱਡੂ ਆਦਿ ਇਹ ਤਾਂ ਦਿੱਲੀ ਵਰਗੀ ਮਠਿਆਈ ਹੈ ਸਾਰੀ ਹਾਂਜੀ ਦਰਸਲ ਇੱਥੇ ਇੱਕ ਦੁਕਾਨ ਹੈ ਮਠਿਆਈ ਦੀ ਸੈਕਰਾਮੈਂਟੋ ਚ ਅੱਜ ਦੀਵਾਲੀ ਹੈ ਨਾ ਹੁਣ ਜਸਪਾਲ ਦੀ ਮਾਤਾ ਜੀ ਸਾਡੇ ਕੋਲ ਬੈਠੀ ਮੂੰਹ ਫੀਜੀਆਂ ਗੱਲਾਂ ਕਰ ਰਹੀ ਸੀ ਅੱਜ ਦੀਵਾਲੀ ਹੈ ਸਾਨੂੰ ਤਾਂ ਇੱਥੇ ਆ ਕੇ ਭੁੱਲ ਲਈਏ ਉਸ ਦਿਨ ਅਮਰੀਕਾ ਚ 2 ਨਵੰਬਰ 1986 ਦੀ ਸ਼ਾਮ ਸੀ ਤੇ ਭਾਰਤ ਵਿੱਚ 3 ਨਵੰਬਰ ਦੀ ਸਵੇਰ ਹੋਏਗੀ ਅਮਰੀਕਾ ਦਾ ਟਾਈਮ ਸਾਡੇ ਭਾਰਤ ਨਾਲੋਂ ਤਕਰੀਬਨ 11 ਘੰਟੇ ਪਿੱਛੇ ਚੱਲਦਾ ਹੈ ਉਂਜ ਅਮਰੀਕਾ ਦੀਆਂ ਕਈ ਪ੍ਰੋਵਿੰਸਾਂ ਵਿੱਚ ਟਾਈਮ ਅਲੱਗ-ਅਲੱਗ ਹਨ ਕਿਉਂਕਿ ਸੂਰਜ ਕਿਤੇ ਛੇਤੀ ਚੜਦਾ ਕਿਤੇ ਦੇਰ ਨਾਲ ਸਾਡੇ ਚਾਹ ਪੀਂਦਿਆਂ ਪੀਂਦਿਆਂ ਕਈ ਹੋਰ ਲੇਖਕ ਆ ਗਏ ਸਨ ਜਿਨ੍ਹਾਂ 'ਚ ਸ੍ਰੀ ਮਹਿੰਦਰ ਸਿੰਘ ਘੱਗਵੀ ਸਨ ਜੋ ਲੇਖਕ ਹੋਣ ਦੇ ਨਾਲ ਇੱਕ ਵੱਡੇ ਫਾਰਮ ਦੇ ਮਾਲਕ ਵੀ ਐ ਸੰਤੋਖ ਗਿੱਲ ਜੋ ਕਹਾਣੀ ਦੇ ਨਾਲ-ਨਾਲ ਵਧੀਆ ਕਵਿਤਾ ਵੀ ਲਿਖਦਾ ਸੀ ਉਹਦੇ ਨਾਲ ਹੀ ਸੰਤ ਸੁਭਾਸ਼ ਸ੍ਰੀ ਰਵਿੰਦਰ ਅਟਵਾਲ ਬੈਠੇ ਸਨ ਜੋ ਸਾਹਿਤਿਕ ਕਿਰਨਾ ਪਰਚੇ ਦੇ ਐਡੀਟਰ ਰਹਿ ਚੁੱਕੇ ਥੋੜੀ ਕੁ ਚਿਰ ਪੁੱਛੋ surjit madhopuri ਵੀ ਆ ਗਿਆ ਉਹ ਵੀ ਯੂਬਾ ਸਿਟੀ ਦੇ ਗੁਰਦੁਆਰੇੋਂ ਨਿਕਲਣ ਵਾਲੇ ਸਾਲਾਨਾ ਜਲੂਸ 'ਚ ਹਿੱਸਾ ਲੈਣ ਲਈ ਆਇਆ ਸੀ ਅੱਜ ਕੱਲ ਇੱਥੇ ਅਮਰੀਕਾ ਤੇ ਕੈਨੇਡਾ 'ਚ ਪੰਜਾਬੀ ਗਾਇਕੀ ਲਈ ਇਹਨਾਂ ਦੀਆਂ ਧੂਮਾਂ ਪਈਆਂ ਹੋਈਆਂ ਜਿਸ ਪਾਲ ਮੈਨੂੰ surjit madhopuri ਨਾਲ ਇੰਟਰੋਡਿਊਸ ਕਰਵਾ ਰਿਹਾ ਸੀ ਅਟਵਾਲ ਸਾਹਿਬ ਤੇ ਸੰਤੋਖ ਨੂੰ ਮੈਂ ਪਹਿਲਾਂ ਹੀ ਉਹਨਾਂ ਦੀਆਂ ਕਲਮਾਂ ਤੋਂ ਜਾਣਦੀ ਸੀ ਤੇ ਬਾਕੀਆਂ ਨੇ ਵਾਰੀ-ਵਾਰੀ ਆਪਣੀ ਜਾਣ ਪਛਾਣ ਆਪ ਹੀ ਕਰਵਾਈ ਮੈਂ ਮਨ ਨੂੰ ਹੌਲਾ ਕਰਨ ਲਈ ਕਵਿਤਾ ਲਿਖਦਾ ਤੇ ਕਦੇ-ਕਦੇ ਕਹਾਣੀ ਵੀ ਇਹ ਸਭ ਦੱਸਦੇ ਆ ਸੰਤੋਖ ਗਿੱਲ ਦੇ ਚਿਹਰੇ ਦੀ ਮਾਸੂਮੀਅਤ ਨਾਲ ਉਹਦਾ ਗੁਲਾਬੀ ਰੰਗ ਹੋਰ ਵੀ ਗੂੜਾ ਉੱਗੜ ਆਇਆ ਸੀ ਮੈਂ ਤਾਂ ਭੈਣ ਜੀ ਲੰਡਨ ਤੋਂ ਸ਼ਿਫਟ ਕਰਕੇ ਇੱਥੇ ਆਇਆ ਇੱਥੇ ਮੇਰਾ ਆਪਣਾ ਲੰਡਨ ਬਿਊਟੀ ਪੈਲੇਸ ਨਾਂ ਉਹ ਹੈ ਕੱਪੜੇ ਦਾ ਇੱਕ ਸਟੋਰ ਹੈ ਜਿਹਨੂੰ ਬਹੁਤਾ ਕਰਕੇ ਮੇਰੀ ਵਾਈਫ ਹੀ ਚਲਾਉਂਦੀ ਹੈ ਮੈਂ ਤਾਂ ਬਸ ਪਿੱਛੇ ਬੈਠਾ ਆਪਣਾ ਪਰਦਾ ਲਿਖਦਾ ਹੀ ਰਹਿਣਾ ਅਟਵਾਲ ਸਾਹਿਬ ਬਹੁਤ ਹੀ ਮੂੰਹ ਪਿੱਜੀ ਬੋਲਾਂ ਚ ਆਪਣੇ ਬਾਰੇ ਦੱਸ ਰਹੇ ਸਨ ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਜਿਵੇਂ ਮੁਸਕੜੀਆਂ ਹੱਸਦਾ ਜਸਪਾਲ ਬੋਲ ਪਿਆ ਹਾਂਜੀ ਇਹਨਾਂ ਦੇ ਬੈਠਿਆਂ ਜੇ ਕੋਈ ਗਾਹਕ ਕਪੜਾ ਲੈਣ ਆ ਜੇ ਠੱਟਵਾਲ ਸਾਹਿਬ ਗਾਜ ਉਸੇ ਦੇ ਹੱਥ ਫੜਾ ਕੇ ਹੋਲੀ ਜੀ ਕਹਿ ਦਿੰਦੇ ਐ ਭੈਣ ਜੀ ਜੋ ਕਪੜਾ ਪਸੰਦ ਐ 4 ਗਾਜ 5 ਗਾਜ ਜਿੰਨਾ ਚਾਹੀਦਾ ਆਪੇ ਫਾੜ ਲਓ ਅੱਗੇ ਗਾਹਕ ਦੀ ਮਰਜ਼ੀ ਤੇ ਉਹਦੀ ਧਿਆਨਨਤਾਰੀ ਕਿ ਉਹ 4 ਗਾਜ ਹੀ ਫਾੜਦਾ ਹੈ ਜਾਂ 4 ਗਾਜ ਕਹਿ ਕੇ 5 ਗਾਜ ਫਾੜ ਲੈਂਦਾ ਪਰ ਹਾਂ ਜਦੋਂ ਆਂਟੀ ਮਤਲਬ ਮਿਸੇਜ਼ ਠੱਟਵਾਲ ਸਾਹਿਬ ਨੂੰ ਆ ਕੇ ਡਾਂਟ ਦੀ ਹੈ ਤਾਂ ਹੀ ਪਤਾ ਚੱਲਦਾ ਹੈ ਕਿ ਗਾਹਕ 4 ਗਜ ਦੀ ਬਜਾਏ 5 ਗਜ ਤੇ 5 ਗਜ ਦੀ ਬਜਾਏ 6 ਗਜ ਕਪੜਾ ਪਾੜ ਕੇ ਲੈ ਗਿਆ ਸਾਰੇ ਖੇੜ ਖੜਾ ਕੇ ਹੱਸ ਪੈਂਦੇ ਐ ਐ ਲਓ ਸਰਦਾਰ ਜੀ ਵੋਦਕਾ ਮੈਂ ਨਹੀਂ ਪੀਂਦਾ ਮੇਰੇ ਹਸਬੰਡ ਮੇਰੇ ਵੱਲ ਜ਼ਰਾ ਕੁ ਝਾਕ ਕੇ ਝਿਜਕਦੇ ਬੋਲੇ ਵਿਸਕੀ ਜਸਪਾਲ ਨੇ ਫੇਰ ਇੱਕ ਬੋਤਲ ਦਾ ਮੂੰਹ ਕੱਚ ਦੇ ਗਲਾਸ ਕੋਲ ਕਰਦਿਆਂ ਕਿ ਨਹੀਂ ਨਹੀਂ ਮੈਂ ਨਹੀਂ ਪੀਂਦਾ ਮੇਰੇ ਹਸਬੰਡ ਨੇ ਫੇਰ ਮੇਰੇ ਵੱਲ ਤੱਕਿਆ ਜਿਵੇਂ ਵਿੱਚੋਂ ਜਿਵੇਂ ਉਹਨਾਂ ਦਾ ਜੀ ਪੀਣ ਨੂੰ ਕਰ ਰਿਹਾ ਸੀ ਸੱਚ ਪੁੱਛੋ ਤਾਂ ਉਹਨਾਂ ਨੂੰ ਮੇਰੇ ਸਾਹਮਣੇ ਜਦੋਂ ਉਹ ਲਿਉ ਪੀਣ ਦਾ ਤਾਂ ਡਰ ਨਹੀਂ ਸੀ ਡਰ ਸੀ ਤਾਂ ਇਸ ਗੱਲ ਦਾ ਕਿ ਪੀਣ ਪਿਛੋਂ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਂਦਾ ਤੇ ਡਾਕਟਰ ਨੇ ਸ਼ਰਾਬ ਉਹਨਾਂ ਲਈ ਜ਼ਹਿਰ ਘਰਾਰ ਦਿੱਤੀ ਹੋਈ ਹੈ ਫਿਰ ਵੀ ਜਸਪਾਲ ਨੇ ਬੀਅਰ ਗਲਾਸ ਚ ਪਾ ਕੇ ਫੜਾਈ ਦਿੱਤੀ ਉੱਥੇ ਬੈਠੇ ਆ ਰਾਤ ਦੇ 1 ਵਜੇ ਤੱਕ ਗੱਲਾਂ ਚੱਲਦੀਆਂ ਰਹੀਆਂ ਦਿੱਲੀ ਚ 1984 ਦੇ ਦੰਗਿਆਂ ਦੀਆਂ ਗੱਲਾਂ ਪੰਜਾਬ ਦੇ ਮਸਲੇ ਦੀਆਂ ਗੱਲਾਂ ਜਰਨਲ ਅਰੋੜਾ ਦੀਆਂ ਗੱਲਾਂ ਰਾਜੀਵ ਗਾਂਧੀ ਤੇ ਹੋਏ 2 ਅਕਤੂਬਰ ਵਾਲੇ ਨਾਕਾਮਯਾਬ ਹਮਲੇ ਦੀਆਂ ਗੱਲਾਂ ਅਮਰਤਾ ਪ੍ਰੀਤਮ ਦੇ ਐਮਪੀ ਬਣਨ ਤੇ ਉਹਦੇ ਸਾਹਿਤਿਕ ਦੇਣ ਵਿੱਚ ਦੀਆਂ ਗੱਲਾਂ ਯੁਵਾ ਸਿਟੀ ਚ ਰਹਿੰਦੇ ਭਾਰਤੀਆਂ ਦੇ ਜੀਵਨ ਸਾਧਨਾ ਦੀਆਂ ਗੱਲਾਂ ਇੱਥੇ ਅਮਰੀਕਾ ਚ ਆ ਕੇ ਇਥੋਂ ਵਾਪਸ ਜਾਣ ਦੀ ਸੋਚ ਦੀਆਂ ਗੱਲਾਂ ਜਸਮਾਨੀ ਭੁੱਖ ਤੋਂ ਲੈ ਕੇ ਆਤਮਿਕ ਪਿਆਸ ਦੀ ਔੜ ਤੱਕ ਦੀਆਂ ਗੱਲਾਂ ਬਸ ਇਹਨਾਂ ਗੱਲਾਂ ਦਾ ਇੱਕ ਲੰਮਾ ਤੇ ਦਿਲਚਸਪ ਸਿਲਸਿਲਾ ਜਾਰੀ ਸੀ ਖਾਸ ਕਰਕੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿੰਦੇ ਨੌਜਵਾਨ ਜ਼ਿੰਦਗੀ ਦੀਆਂ ਗੱਲਾਂ ਗੋਰੀਆਂ ਕਾਲੀਆਂ ਕੁੜੀਆਂ ਨਾਲ ਝੂਠੇ ਵਿਆਹ ਰਚਾਉਣ ਦੀਆਂ ਗੱਲਾਂ ਫਿਰ ਕਈ ਕਈ ਸਾਲ ਉਹਨਾਂ ਦੇ ਨਾਲ ਨਾ ਰਹਿ ਕੇ ਉਹਨਾਂ ਨੂੰ ਹਰ ਹਫ਼ਤੇ ਪੂਰੀ ਦੀ ਪੂਰੀ ਕਮਾਈ ਖਵਾਉਣ ਦੀਆਂ ਗੱਲਾਂ ਗੱਲਾਂ ਗੋਰੀਆਂ ਕਾਲੀਆਂ ਅਮਰੀਕਨ ਸ਼ਹਿਰਾਂ ਦੀਆਂ ਕੁੜੀਆਂ ਦੇ ਅਣਗਿਣਤ ਦੋਸਤਾਂ ਦੀਆਂ ਉਹਨਾਂ ਦੇ ਲਾवारिस ਬੱਚਿਆਂ ਦੀਆਂ ਉਹਨਾਂ ਦੀਆਂ ਅਣਵਿਆਹੀਆਂ ਭੈਣਾਂ ਅਣਵਿਆਹੀਆਂ ਮਾਵਾਂ ਦੀਆਂ ਤੇ ਉਹਨਾਂ ਦੇ ਅਸ਼ੋ ਆਰਾਮ ਤੇ ਹੱਡ ਹਰਾਮ ਹੋਣ ਦੀਆਂ ਗੱਲਾਂ ਉਸ ਰੈਮਜ਼ ਨਾਉਂ ਦੇ ਖਤਰਨਾਕ ਮੁਲਜ਼ਮ ਦੀਆਂ ਜੋ ਇਹ ਨਹੀਂ ਦਿਨੀ 17 ਖੂਨ ਕੁਝ ਹੀ ਦਿਨਾਂ ਅਚ ਕਰਨ ਤੋਂ ਪਿੱਛੋਂ ਵੀ ਪੁਲਿਸ ਦੇ ਹੱਥ ਨਹੀਂ ਸੀ ਆ ਸਕਿਆ ਤੇ ਉਹਦੀ ਫੋਟੋ ਰੋਜ਼ ਟੀਵੀ ਉੱਤੇ ਕਈ ਵਾਰ ਦਿਖਾਉਣ ਦੀਆਂ ਗੱਲਾਂ ਗੱਲਾਂ ਇਸੇ ਸਮੇਂ ਖੋਰ ਕਾਤਲ ਦੀਆਂ ਜਿਨ੍ਹਾਂ ਨੇ 1 ਮਹੀਨੇ 'ਚ ਅਣਗਿਣਤ ਕਤਲ ਸਿਰਫ ਗਿਣੀ ਬੁੱਕ 'ਚ ਨਾਂ ਲਿਖਣ ਲਈ ਕੀਤੇ ਸੀ ਕੰਪਿਊਟਰਾਂ ਦੀਆਂ ਤੇ ਰਿਮੋਟ ਕੰਟਰੋਲਰਾਂ ਦੀਆਂ ਗੱਲਾਂ ਰਾਤ ਰਾਤ ਭਰ ਹੁੰਦੇ ਨੰਗੇ ਨਾਚਾਂ ਦੀਆਂ ਅਨਮਨੁੱਖੀ ਢੰਗਾਂ ਨਾਲ ਨਾਚ ਨੱਚਣ ਦੀਆਂ ਗੱਲਾਂ ਨਸ਼ਿਆਂ ਚੁੱਤਤ ਆਪਣੇ ਆਪ ਤੋਂ ਬੇਖਬਰ ਸੜਕਾਂ ਬਜ਼ਾਰਾਂ ਸਮੁੰਦਰ ਦੇ ਕਿਨਾਰਿਆਂ ਤੇ ਘੁੰਮਦੇ ਨੌਜਵਾਨਾਂ ਦੀਆਂ ਭਾਰਤੀ ਮੁੰਡੇ ਕੁੜੀਆਂ ਦੇ ਨੰਗੇ ਮਾਡਲਾਂ ਦੀਆਂ ਤੇ ਇਨਸਾਨਾਂ ਤੋਂ ਹੈਵਾਨ ਬਣਨ ਤੱਕ ਦੀਆਂ ਬੇਹਿਸਾਬ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਨਹੀਂ ਬਲਕਿ ਹੈਰਤ ਵੀ ਆਉਂਦੀ ਸੀ ਦੂਜੇ ਦਿਨ ਐਤਵਾਰ ਸੀ ਯੂਬਾ ਸਿਟੀ ਦੇ ਵੱਡੇ ਗੁਰਦੁਆਰੇ ਚ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦਿਨ ਮਨਾਉਣ ਲਈ ਕੋਈ 2 2.5 ਫਰ ਲੰਗ ਲੰਬਾ ਜਲੂਸ ਨਿਕਲ ਰਿਹਾ ਸੀ ਜਿਸ ਚ ਕੈਨੇਡਾ ਸੈਨ ਫਰਾਂਸਿਸਕੋ ਲਾਸ ਏਂਜਲਸ ਸੇ ਹੂਰ ਬਹੁਤ ਸਾਰੇ ਸ਼ਹਿਰਾਂ ਤੋਂ ਸੰਗਤ ਦੂਰ ਦਰਾਡੇੋਂ ਛੋਟੇ ਵੱਡੇ ਜਥਿਆਂ ਚ ਆਈ ਹੋਈ ਸੀ ਇੱਕ ਜਥਾ ਅਮਰੀਕਨ ਸਿੰਘਾਂ ਦਾ ਵੀ ਸੀ ਜੋ ਇਸ ਜਲੂਸ ਚ ਪੈਦਲ ਚੱਲ ਕੇ ਹਿੱਸਾ ਲੈ ਰਿਹਾ ਸੀ ਇਹ ਅਮਰੀਕਨ ਸਿੰਘਾਂ ਦੇ ਜਥੇ ਚੌੜਤਾ ਮਰਦ ਬੱਚੇ ਸਭ ਸ਼ਾਮਲ ਸਨ ਉਸ ਦਿਨ ਇਸ ਜਲੂਸ ਚ ਡਾਕਟਰ ਸੁਰਜੀਤ ਸਿੰਘ ਸੇਠੀ ਸਾਹਿਬ ਵੀ ਹਾਜ਼ਰ ਸਨ ਅਸੀਂ ਪਰਿਵਾਰ ਸਮੇਤ ਇਸ ਜਲੂਸ ਦਾ ਸਾਰਾ ਨਜ਼ਾਰਾ ਸੜਕ ਦੇ ਕਿਨਾਰੇ-ਕਿਨਾਰੇ ਧੀਮੀ ਚਾਲੇ ਤੁਰਦੀ ਆਪਣੀ ਕਾਰ ਚੀ ਵੇਖ ਰਹੇ ਸੀ ਜੋ ਹੁਣ ਸਾਡੇ ਸਾਹਮਣੇ ਅੰਤਲੇ ਜਥਿਆਂ ਦੇ ਰੂਪ ਵਿੱਚ ਸੀ ਇਹਨਾਂ ਜਥਿਆਂ ਦੀਆਂ ਟੁਕੜੀਆਂ ਦੇ ਕੇਸਰੀ ਅੰਬਰੀ ਤੇ ਦੁੱਧ ਚਿੱਟੇ ਬਾਣਿਆਂ ਵਿੱਚ ਸਜੇ ਸਿੰਘ ਸਿੰਘਣੀਆਂ ਦੇ ਆਤਮੋਹਕ ਰੂਪ ਦੇਖਦੇ ਹੀ ਬਣਦੇ ਸਨ ਅਸੀਂ ਅੱਗੋਂ ਇੱਕ ਭਾਰਤੀ ਪ੍ਰੋਫੈਸਰ ਕੁੜੀ ਦੀ ਸ਼ਾਦੀ 'ਚ ਸ਼ਾਮਲ ਹੋਣਾ ਸੀ ਜਿਸ ਦੇ ਪਹਿਲਾਂ ਹੀ ਦੋ ਲੜਕੇ ਸਨ ਇਕੱਠਾਂ ਕੋ ਵਰਿਆਂ ਦਾ ਤੇ ਦੂਜਾ داسا کو وریا دا ضرور ਹੋيږي مننه